ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਮੈਂ ਪ੍ਰਿੰਸ ਜੋੜਾ ਗੱਲ ਕਰ ਰਿਹਾ ਜੀ ਬਾਲਾਜੀ ਜੋਬ ਪਲੇਸਮੈਂਟ ਸਰਵਿਸ ਏਜੰਸੀ ਤੋਂ। ਅੱਜ ਸਾਡੇ ਕੋਲ ਕਿਰਨਦੀਪ ਜੀ ਆਏ ਸੀਗੇ ਜੋ ਕਿ ਬਹੁਤ ਅੱਛੇ ਅਕਾਊਂਟੈਂਟ ਨੇ, ਇਹਨਾਂ ਦਾ ਖਾਸਾ ਐਕਸਪੀਰੀਅੰਸ ਵੀ ਸੀਗਾ ਅਕਾਊਂਟ ਲਾਈਨ ਦੇ ਵਿੱਚ, ਕਮਰਸ ਦੇ ਵਿੱਚ। ਅਤੇ ਮੈਮ, ਤੁਸੀਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਜੀ? ਲੁਧਿਆਣਾ ਤੋਂ। ਲੁਧਿਆਣਾ ਤੋਂ? ਅਤੇ ਤੁਸੀਂ ਮੋਗਾ 'ਚ ਰਹਿ ਰਹੇ ਹੋ ਹੁਣ? ਹਾਂਜੀ ਹਾਂਜੀ, ਮੈਰਿਜ ਮੇਰੀ ਮੋਗਾ 'ਚ। ਤੁਹਾਡੀ ਮੈਰਿਜ ਮੋਗਾ 'ਚ ਹੋਈ ਆ? ਠੀਕ ਹੈ ਜੀ। ਤੁਹਾਨੂੰ ਸਾਡੀ ਏਜੰਸੀ ਬਾਰੇ ਪਤਾ ਕਿਵੇਂ ਲੱਗਿਆ ਜੀ? ਸਰ, ਮੈਂ ਗੂਗਲ 'ਤੇ ਸਰਚ ਕੀਤਾ ਸੀ ਅਤੇ ਉਹਦੇ ਰਿਵਿਊਜ਼ ਦੇਖੇ ਸੀਗੇ, ਬੈਸਟ ਸੀਗੇ। ਸੋ ਸੋਚਿਆ ਮੈਂ ਇੱਕ ਵਾਰੀ ਜਾ ਕੇ ਦੇਖ ਲਾਂ, ਵਿਜ਼ਿਟ ਕਰ ਲਾਂ। ਅਤੇ ਜਦੋਂ ਮਤਲਬ ਆਉਣ ਲੱਗੇ ਉਦੋਂ ਤਾਂ ਮੈਨੂੰ ਇੱਦਾਂ ਲੱਗਾ ਵੀ ਜਿੱਦਾਂ ਲੁਧਿਆਣੇ 'ਚ ਸਾਡੇ ਪਲੇਸਮੈਂਟਸ ਹੈਗੀਆਂ ਨੇ ਬਹੁਤ ਜ਼ਿਆਦਾ ਇੱਦਾਂ ਦੀਆਂ ਨੇ ਜਿਹੜੇ ਬੱਚਿਆਂ ਨੂੰ ਜਸਟ ਇੱਕ ਹੌਸਲਾ ਜਿਹਾ ਦਿੰਦੇ ਨੇ ਵੀ ਜੋਬਸ ਲਵਾ ਦਾਂਗੇ, ਬਟ ਇੱਦਾਂ ਦਾ ਕੁਛ ਨਹੀਂ ਹੁੰਦਾ ਉਹਨਾਂ 'ਚ। ਮਤਲਬ ਪੈਸੇ ਲੈ ਲੈਂਦੇ ਨੇ, ਉਸ ਤੋਂ ਬਾਅਦ ਕਾਲਸ ਵਗੈਰਾ ਕੁਛ ਨਹੀਂ ਅਟੈਂਡ ਕਰਦੇ ਬੱਚਿਆਂ ਦੀਆਂ। ਮਤਲਬ ਪੈਸੇ ਲੈਣ ਤੱਕ ਤਾਂ ਪਹਿਲਾਂ ਬਹੁਤ ਕਾਲਸ ਕਰਨਗੇ ਵੀ ਤੁਸੀਂ ਕਰਵਾ ਦਿਓ ਜਮ੍ਹਾਂ, ਅਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਜੋਬਸ ਲਵਾ ਦਾਂਗੇ। ਮੈਮ, ਇੱਦਾਂ ਨਾ ਵੀ ਕਈ ਲੋਕ ਹੁੰਦੇ ਨੇ ਜੋ ਇੱਦਾਂ ਕਰਨਾ ਉਹਨਾਂ ਦੀ ਆਦਤ ਬਣ ਜਾਂਦੀ ਹੈ ਨਾ, ਕਿਉਂਕਿ ਸਾਡੀ ਕੰਪਨੀ ਵੱਲੋਂ ਹੁਣ ਅਸੀਂ ਵੀਡੀਓਜ਼ ਕਰਦੇ ਹਾਂ ਤਾਂ ਕਰਦੇ ਤੁਹਾਡਾ ਸਭ ਦਾ ਰਿਵਿਊ ਮਿਲੇ। ਦੇਖੋ, ਤੁਸੀਂ ਅੱਜ ਜੋਬ ਲਈ ਹੈ ਸਾਡੇ ਕੋਲੋਂ, ਉਹ ਵੀ ਤੁਹਾਡੇ ਕੋਲ ਪੁੱਛਾਂਗੇ ਤੁਹਾਨੂੰ ਕਿੰਨਾ ਸਮਾਂ ਸਪੈਂਡ ਕੀਤਾ, ਤੁਹਾਡਾ ਕੋਈ ਪੈਸਾ ਤਾਂ ਨਹੀਂ ਖਰਾਬ ਹੋਇਆ ਸਾਨੂੰ ਪੇ ਕੀਤਾ। ਦੇਖੋ ਜੀ, ਅਸੀਂ ਬਾਲਾਜੀ ਜੋਬ ਪਲੇਸਮੈਂਟ ਸਰਵਿਸ ਮੋਗਾ ਤੋਂ ਹਾਂ, ਇਹ ਨਹੀਂ ਹੈਗਾ ਅਸੀਂ ਫ੍ਰੀ ਕੰਮ ਕਰਦੇ ਹਾਂ, ਪਰ ਅਸੀਂ ਇਹ ਚਾਹੁੰਦੇ ਹਾਂ ਵੀ ਜੇ ਕੋਈ ਬੰਦਾ ਸਾਨੂੰ ਪੇ ਕਰ ਰਿਹਾ ਉਹਦੇ ਪੈਸੇ ਪੂਰੇ ਵਸੂਲ ਹੋਣੇ ਚਾਹੀਦੇ ਸਾਡੇ ਕੋਲ ਆਏ ਤੋਂ। ਅਤੇ ਜਿਵੇਂ ਕਿ ਕਿਰਨਦੀਪ ਜੀ ਨੇ ਕਿਹਾ ਵੀ ਉੱਥੇ ਇਹਨਾਂ ਨਾਲ ਫਰੋਡ ਹੋਇਆ ਜਾਂ ਇਹਨਾਂ ਨੂੰ ਹਰਾਸਮੈਂਟ ਕੀਤੀ ਗਈ, ਮੈਂ ਇਹ ਨਹੀਂ ਕਹੂੰਗਾ ਵੀ ਹਰ ਇੱਕ ਭੈਣ ਭਰਾ ਇਹੋ ਜਿਹਾ ਹੋ ਸਕਦਾ ਵਾ। ਕੋਈ ਬੰਦਾ ਵਧੀਆ ਸੋਚ ਰੱਖ ਕੇ ਵੀ ਕੰਮ ਕਰ ਰਿਹਾ ਹੋਵੇਗਾ, ਸ਼ਾਇਦ ਉਸ ਤੱਕ ਮੈਡਮ ਨਾ ਪਹੁੰਚ ਪਾਏ ਹੋਣ, ਪਰ ਜਿਹੜਾ ਵੀ ਪਲੇਸਮੈਂਟ ਬੰਦਾ ਚਲਾ ਰਿਹਾ ਉਹਦਾ ਇੱਕ ਰਾਈਟ ਹੈਗਾ, ਉਹ ਸਹੀ ਤਰੀਕੇ ਨਾਲ ਗਾਈਡ ਕਰੇ। ਗਾਂਹ ਬੰਦਾ ਜੋਬ ਲੈਣਾ ਚਾਹੇ ਨਾ ਲੈਣਾ ਚਾਹੇ, ਉਹ ਆਪਣੀ ਉਹਦੀ ਆਪਣੀ ਇੱਛਾ, ਪਰ ਕਿਸੇ ਨੂੰ ਆਪਾਂ ਲਾਲਚ ਦੇ ਕੇ ਜੋਬ ਨਹੀਂ ਦੇਣੀ, ਜਿਹਦੇ ਕਰਕੇ ਆਪਾਂ ਆਪਦਾ ਵਜੂਦ ਖਰਾਬ ਕਰਦੇ ਹਾਂ ਅਤੇ ਆਪਦੀ ਮਾਰਕੀਟ ਹਮੇਸ਼ਾ ਲਈ ਵਿਗਾੜ ਲੈਂਦੇ ਹਾਂ। ਅਤੇ ਕਿਰਨਦੀਪ ਜੀ, ਤੁਸੀਂ ਜਦੋਂ ਮੇਰੇ ਕੋਲ ਆਏ ਹੋ ਅੱਜ, ਤੁਹਾਨੂੰ ਕਿੰਨੇ ਕੁ ਸਮਾਂ ਲੱਗਿਆ ਜੋਬ ਲੈਣ 'ਚ? ਕੀ ਤੁਹਾਨੂੰ ਵਨ ਆਵਰ ਐਂ ਤੁਹਾਨੂੰ ਤੁਹਾਡੀ ਤੁਹਾਡੇ ਪ੍ਰੋਫੈਸ਼ਨ ਦੇ ਅਕੋਰਡਿੰਗ ਜੋਬ ਦੇ ਪਾਏ ਅਸੀਂ ਜਾਂ ਤੁਹਾਨੂੰ ਅਲੱਗ ਕੋਈ ਹੋਰ ਲਾਈਨ ਚੂਜ਼ ਕਰਨੀ ਪਈ? ਅਕੋਰਡਿੰਗ ਟੂ ਮਾਈ ਪ੍ਰੋਫੈਸ਼ਨ। ਠੀਕ ਹੈ ਜੀ, ਅੱਛਾ ਜੀ, ਮੈਮ ਅੱਛੀ ਮਿਲੀ ਮੋਗਾ ਦੇ ਅਕੋਰਡਿੰਗ ਜੀ? ਹਾਂਜੀ ਹਾਂਜੀ, ਬਹੁਤ ਬੈਸਟ ਹੈ। ਅਤੇ ਉਹਨਾਂ ਭੈਣ ਭਰਾਵਾਂ ਲਈ ਕੀ ਸੁਨੇਹਾ ਹੈਗਾ ਵਾ, ਜਿਹੜੇ ਬ੍ਰਦਰ ਸਿਸਟਰ ਸਟੱਡੀ ਕੀਤੀ ਹੈ ਜਾਂ ਕਈ ਅਨਪੜ੍ਹ ਵੀ ਨੇ ਵਿਚਾਰੇ ਜਿਹਨਾਂ ਨੂੰ ਪਤਾ ਹੀ ਨਹੀਂ ਅਸੀਂ ਜੋਬ ਕਿੱਥੋਂ ਲਈਏ, ਜਾਂ ਕਈ ਵਾਰ ਤਾਂ ਕੋਈ ਸਾਡੇ ਕੰਪਨੀ ਦੇ ਗੂਗਲ 'ਤੇ ਖੋਲ ਵੀ ਨਹੀਂ ਸਕਦਾ, ਕਈ ਯੂਟਿਊਬ 'ਤੇ ਸਰਚ ਵੀ ਨਹੀਂ ਕਰ ਸਕਦੇ, ਉਹਨਾਂ ਲਈ ਕੀ ਸੁਨੇਹਾ ਹੈਗਾ ਉਹਨਾਂ ਭੈਣ ਭਰਾਵਾਂ ਨੂੰ? ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗੀ, ਪ੍ਰੈਫਰੈਂਸ ਦਊਂਗੀ ਵੀ ਬਾਲਾਜੀ ਦੇ ਓਵਰਸੀਜ਼ 'ਤੇ ਆਓ ਤੁਸੀਂ। ਮਤਲਬ ਬਹੁਤ ਜ਼ਿਆਦਾ ਵਧੀਆ ਇਹਨਾਂ ਦਾ ਰਿਵਿਊ ਹੈ, ਅਕੋਰਡਿੰਗ ਟੂ ਜਿਵੇਂ ਮੈਨੂੰ ਜੋਬ ਚਾਹੀਦੀ ਸੀ ਮੈਂ ਜਿੱਦਾਂ ਗੱਲ ਕੀਤੀ ਆ ਉੱਦਾਂ ਹੀ ਮੈਨੂੰ ਮਿਲੀ ਹੈ। ਮੈਨੂੰ ਫਸਟ ਆਫ ਆਲ ਪਹਿਲਾਂ ਆਉਂਦੇ ਲੱਗੇ ਤਾਂ ਡਰ ਲੱਗ ਰਿਹਾ ਸੀ ਵੀ ਮਤਲਬ ਪਤਾ ਨਹੀਂ ਸ਼ਾਇਦ ਮੇਰੇ ਪੈਸੇ ਨਾ ਖਰਾਬ ਹੋ ਜਾਣ, ਬਟ ਬਿਲਕੁਲ ਗਲਤ ਸੋਚਿਆ ਸੀ ਮੈਂ, ਬਿਲਕੁਲ ਵਧੀਆ ਬੈਸਟ ਅਪਰਚੁਨਿਟੀ ਮੇਰੇ ਲਈ ਸੀ ਇਹ। ਜੋ ਵੀ ਮੇਰੇ ਭੈਣ ਭਰਾ ਸਾਨੂੰ ਸੁਣ ਰਹੇ ਨੇ, ਮੈਮ ਨੂੰ ਸੁਣ ਰਹੇ ਨੇ, ਅਤੇ ਜਿਹਨਾਂ ਨੂੰ ਵੀ ਜੋਬ ਦੀ ਲੋੜ ਆ ਜ਼ਰੂਰ ਟਰਾਈ ਕਰੋ ਇੱਕ ਵਾਰੀ। ਅਤੇ ਸਾਡੀ ਕੰਪਨੀ ਵੱਲੋਂ ਕੋਈ ਵੀ ਤੁਹਾਨੂੰ ਲਾਲਚ ਦੇ ਕੇ ਜੋਬ ਨਹੀਂ ਦਿੱਤੀ ਜਾਏਗੀ। ਜੇ ਤੁਹਾਡੇ ਕੋਲ ਕੋਈ ਗਾਉਣਾ, ਤੁਸੀਂ ਕੋਈ ਆਪਦਾ ਐਕਸਪੀਰੀਅੰਸ ਗੇਨ ਕੀਤਾ ਹੋਇਆ, ਇੱਕ ਵਾਰੀ ਅਪਲਾਈ ਕਰਕੇ ਜ਼ਰੂਰ ਸਾਡੇ ਕੋਲ ਚੈੱਕ ਕਰ ਸਕਦੇ ਹੋ, ਸਾਡੀ ਸਰਵਿਸ ਬਾਰੇ ਜਾਣ ਸਕਦੇ ਹੋ। ਬਾਕੀ ਸਾਡੀ ਸਰਵਿਸ ਦੀ ਸਾਰੀ ਜਾਣਕਾਰੀ ਤੁਹਾਨੂੰ ਸੋਸ਼ਲ ਮੀਡੀਆ 'ਤੇ ਅਵੇਲੇਬਲ ਮਿਲੇਗੀ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ ਤੁਹਾਨੂੰ।